Bismillahirrahmanirrahim. Assalamualaikum. जी मेरी प्यारी YouTube family, उम्मीद कर दिया कि तुम खैरियत में होगे। तो जी आपके मेरे YouTube channel आमिना शहजादी। मेरी दुआ तो जीते रहो, हंसते रहो, मस्त रहो, शाद रहो, तुम्हें शबाद रहो। अगर किसी के घर परेशानियां, अल्लाह तआला दे हबीब ने सदके दूर हो जाए, अल्लाह कुल का नाद करवा जो अर्श पाए, अल्लाह मैं सारे दे दिली मुरादा पूरी करे। आमीन सुमा आमीन। हां जी गाइस, जेड़े मेरे प्यारे पर मैं मेरे चैनल से न्यू ने, अगर मेरे चैनल सब्सक्राइब नहीं किया तो चैनल सब्सक्राइब कर दो, बेल लाइक का बटन दबा दो, ताकि हर एक वीडियो आसानी नाल मेरे प्यारे भैन भाइयों तक पहुंच सके। हां जी गाइस, ਤੁਹਾਡੇ ਦੁਆ ਨਾਲ ਵਲੌਗ ਸ਼ੁਰੂ ਕਰਦੇ ਆਂ। ਤੇ ਗਾਇਸ ਤੁਹਾਨੂੰ ਕੀ ਦੱਸਾਂ ਕਿ ਪਰਸੋਂ ਦੀ ਕਿਸੇ ਦੀ ਤਬੀਅਤ ਠੀਕ ਨਹੀਂ ਹੈ, ਸਾਰਿਆਂ ਨੂੰ ਹੋਇਆ ਪਿਆ ਬੁਖਾਰ, ਇੰਨੇ ਤੱਕ ਕਿ ਮੈਨੂੰ ਖੁਦ ਨੂੰ ਬੁਖਾਰ ਵਾਟੀ ਕਰਕੇ ਦਵਾਈ ਵਗੈਰਾ ਲੈ ਕੇ ਆਉਂਦੀ ਆ, ਬਟ ਹੁਣ ਅੱਲਾ ਦਾ ਸ਼ੁਕਰ ਆ ਠੀਕ ਠਾਕ ਆ। ਤੇ ਇਸ ਵਾਰੀ ਫਿਰ ਮੈਂ ਘਰ ਵਾਲੇ ਵਾਸਤੇ ਆ, ਫੈਮਿਲੀ ਆਪਦੇ ਵਾਸਤੇ, ਉਹ ਤਾਂ ਬਿਮਾਰ ਆ, ਤੇ ਮੈਂ ਕਿਹਾ ਚੱਲ ਮੈਂ ਉਹਨਾਂ ਵਾਸਤੇ ਨਾ ਦਲੀਆ ਬਣਾ ਲੈਂਦੀ, ਹੋਰ ਕੋਈ ਚੀਜ਼ ਤੇ ਖਾ ਨਹੀਂ ਹੋਣੀ, ਤੇ ਆਪਾਂ ਅੱਜ ਘਰ ਖੁਦ ਆਪਦੇ ਹੱਥਾਂ ਨਾਲ ਦਲੀਆ ਬਣਾਵਾਂਗੇ। ਹਾਂਜੀ ਗਾਇਆ, ਹਲਕੀ ਜਿਹੀ ਅੱਗ ਤੇ ਆਪਾਂ ਇਹਨਾਂ ਨੂੰ ਨਾ ਭੁੰਨਦੇ ਆਂ, ਠੀਕ ਹੋ ਗਿਆ ਦਾਣਿਆਂ ਨੂੰ। ਇਹਨਾਂ ਨੂੰ ਆਪਾਂ ਭੁੰਨ ਭੁੰਨ ਕੇ ਫਿਰ ਅੱਗੇ ਦੇਖਦੇ ਹਾਂ ਆਪਾਂ ਹੋਰ ਇਹਨਾਂ ਨਾਲ ਕੀ ਕਰਦੇ ਹਾਂ। ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਪਲੀਜ਼ ਪਲੀਜ਼ ਜ਼ਰੂਰ ਕੀਤਾ ਕਰੋ, ਠੀਕ ਹੋ ਗਿਆ, ਅੱਛੇ ਅੱਛੇ ਕਮੈਂਟ ਵੀ ਕੀਤਾ ਕਰੋ। ਮੈਨੂੰ ਹੁਣ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ, ਅਤੇ ਤੁਸੀਂ ਮੇਰੇ ਸਪੋਰਟ ਕਰੋ, ਠੀਕ ਹੋ ਗਿਆ। ਜੇ ਤੁਸੀਂ ਮੇਰੇ ਸਪੋਰਟ ਕਰਦੇ ਹੋ, ਕੋਈ ਕਮੈਂਟ ਵਗੈਰਾ ਅੱਛਾ ਕਰਦੇ ਹੋ, ਮੇਰੇ ਦਿਲ ਤੋਂ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੁੰਦੀ ਆ, ਅਤੇ ਮੈਂ ਫਿਰ ਤੁਹਾਡੇ ਵਾਸਤੇ ਆਖਰੀ ਦੁਆ ਕਰਦੀ ਹਾਂ, ਇਕੱਲੇ ਮੈਂ ਤੁਹਾਨੂੰ ਕੋਈ ਪਰੇਸ਼ਾਨੀ ਨਾ ਦੇ, ਠੀਕ ਹੋ ਗਿਆ। ਤੁਸੀਂ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰੋ। ਹਾਂਜੀ ਗਾਇਸ, ਦਾਣੇ ਆਪਾਂ ਅੱਛੇ ਤਰੀਕੇ ਨਾਲ ਭੁੰਨੀ ਲਗਾ ਕੇ ਧੋਣਾ, ਆਪਾਂ ਜਿਸ ਮਸ਼ੀਨ ਦੇ ਜੱਗ 'ਚ ਐਡ ਕਰਦੇ ਹਾਂ। ਹੁਣ ਲੈ ਕੇ ਚੱਲਦੇ ਹਾਂ ਗ੍ਰਾਇੰਡਿੰਗ ਕਰਨ। ਹੁਣ ਆਪਾਂ ਦਾਣੇ ਜਿਹੜੇ ਆ ਉਹ ਗ੍ਰਾਇੰਡ ਕਰ ਰਹੇ ਹਾਂ ਅੱਛੇ ਤਰੀਕੇ ਨਾਲ, ਇਹਨਾਂ ਨੂੰ ਗ੍ਰਾਇੰਡ ਕਰਕੇ। ਹਾਂਜੀ ਗਾਇਸ, ਆਪਾਂ ਵੀ ਨਾ 2 ਚਮਚ ਘੀ ਦੇ ਪਾ ਕੇ ਇਹਨੂੰ ਗ੍ਰਾਇੰਡ ਕਰਕੇ ਨਾ, ਤੇ ਘੀ ਹੁਣ ਪਾ ਕੇ ਉੱਪਰ ਰੱਖਤਾ ਵਾ, ਤੇ ਇਹਨੂੰ ਹੁਣ ਅੱਛੇ ਤਰੀਕੇ ਨਾਲ ਭੁੰਨੀ ਲਗਾਉਂਦੇ ਹਾਂ, ਠੀਕ ਹੋ ਗਿਆ। ਫਿਰ ਦੇਖਦੇ ਹਾਂ ਪਾਣੀ ਪਾਉਣਾ, ਦੁੱਧ ਪਾਉਣਾ ਵਾ। ਤੇ ਗਾਇਸ, ਅਸੀਂ ਨਾ ਸੁਬਹ ਫਜਰ ਦੀ ਨਮਾਜ਼ ਪੜ੍ਹਨ ਲੱਗੇ ਤੇ ਇੰਨੀ ਤੇਜ਼ ਬਾਰਿਸ਼ ਆਈ, ਇੰਨੀ ਤੇਜ਼ ਕਿ ਮੈਂ ਤੁਹਾਨੂੰ ਕੀ ਦੱਸਾਂ। ਮੈਂ ਵੀਡੀਓ ਬਣਾਉਣੀ ਸੀ ਬਟ ਨਾ ਉੱਥੇ ਹਨੇਰਾ ਇੱਕ ਬਹੁਤ ਸੀਗਾ, ਤੇ ਇੱਕ ਸਾਡੇ ਉੱਥੇ ਲਾਈਟ ਵੀ ਚਲੀ ਗਈ, ਬਹੁਤ ਜ਼ਿਆਦਾ ਬਾਰਿਸ਼ ਆਈ ਸੀ, ਅਤੇ ਹਨੇਰ ਤੇ ਇਸ ਟਾਈਮ ਇੰਨਾ ਸ਼ੁਰੂ ਹੋ ਗਿਆ ਸੀ ਕਿ ਦੱਸੀਏ ਤੁਹਾਨੂੰ। ਹਾਂਜੀ ਗਾਇਸ, ਆਪਾਂ ਦੁੱਧ ਸੋਰੀ ਘੀ ਪਾ ਕੇ ਵੀ ਅਸੀਂ ਤਰੀਕੇ ਨਾਲ ਫਰਾਈ ਕਰ ਲਿਆ ਸੀ, ਠੀਕ ਹੋ ਗਿਆ। ਹੁਣ ਆਪਾਂ ਵਿੱਚ ਦੁੱਧ ਐਡ ਕਰਦੇ ਹਾਂ, ਬਿਸਮਿਲ੍ਲਾਹਿਰਰਹਮਾਨਿਰਰਹੀਮ। ਬਾਅਦ 'ਚ ਆਪਾਂ ਹੁਣ ਚੀਨੀ ਐਡ ਕਰਾਂਗੇ। ਹਾਂਜੀ ਗਾਇਸ, ਆਪਾਂ ਨੇ ਦਲੀਆ ਨੂੰ ਅੱਛੇ ਤਰੀਕੇ ਨਾਲ 2-3 ਉਬਾਲੇ ਦਵਾ ਲਏ, ਅਤੇ ਹੁਣ ਆਪਾਂ ਇਹਨਾਂ ਚੀਨੀ ਐਡ ਕਰਦੇ ਹਾਂ। ਚੀਨੀ ਵੀ ਆਪਾਂ ਵਿੱਚ ਐਡ ਕਰਤੀ ਆ, ਅਤੇ 2 ਮਿੰਟਾਂ ਤੋਂ ਬਾਅਦ ਆਪਣਾ ਫਿਰ ਤਿਆਰ ਹੋ ਜਾਏਗਾ ਦਲੀਆ ਅੱਛੇ ਤਰੀਕੇ ਨਾਲ।
ਹਾਂਜੀ ਗਾਇਸ, ਦਲੀਆ ਬਣਾ ਗਿਆ ਤਿਆਰ ਤੇ ਹੁਣ ਕਰਦੇ ਆ ਵੀਡੀਓ ਦੇ ਐਂਡ। ਅਗਰ ਮੇਰੇ ਪਿਆਰੇ ਭੈਣ ਭਾਈਆਂ ਨੂੰ ਮੇਰੀ ਵੀਡੀਓ ਅੱਛੀ ਲੱਗੀ ਲਾਈਕ ਕਰ ਸਬਸਕ੍ਰਾਈਬ ਕਰੋ ਤਾਂ ਖੈਰ ਵੀਡੀਓ ਬਾਅਦ ਨਾਲ ਮੇਰੇ ਪਿਆਰੇ ਭੈਣ ਭਾਈ ਤੱਕ ਪਹੁੰਚ ਸਕੇ। ਮਿਲਾਂਗੇ ਅਗਲੀ ਵੀਡੀਓ 'ਚ। ਹਾਫਿਜ਼।